ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ, ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਵੀਰ ਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਦਾਦੂਪੁਰ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ, ਤਹਿਸੀਲ ਮਜੀਠਾ। ਮਜੀਠਾ ਸਿਰਫ 2 ਕਿਲੋਮੀਟਰ ਵੀਰ ਹੋਣਾ ਪਿੰਡ ਹੈ ਜੀ। ਅਤੇ ਇਹਨਾਂ ਵੀਰਾਂ ਪਹਿਲਾਂ ਵੀ ਵੀਡੀਓ ਬਹੁਤ ਬਣਾਈਆਂ ਜੀ ਆਪਾਂ, ਅੱਜ ਵੀਰ ਨਾਲ 4-5 ਸੇਲ ਹੈ ਜੀ। ਅਤੇ ਹੁਣ ਵੀਰ ਨਾਲ ਗੱਲਬਾਤ ਕਰੀਏ ਕੀ ਪ੍ਰਾਈਜ਼ ਅਤੇ ਕੀ ਮਿਲ ਕੇ ਰਿਕੋਰਡ ਆ। ਉਸ ਤੋਂ ਪਹਿਲਾਂ ਵੀਰ ਜੀ ਰਿਕੁਐਸਟ ਕਰ ਦਿੰਦੇ ਪਹਿਲਾਂ ਕਿ ਚੁਆਈਸ ਕਰੋ, ਪਾਸ ਕਰੋ, ਪੂਰੀ ਤਸੱਲੀ ਨਾਲ ਖਰੀਦੋ। ਵਾਰ ਵਾਰ ਵੀਰ ਜੀ ਇਹੀ ਬੇਨਤੀ ਕਰ ਦਿੰਦੇ ਤੁਹਾਡੇ ਅੱਗੇ ਕਿ ਚੁਆਈ ਜ਼ਰੂਰ ਕਰੋ, ਨਾਲੇ ਵੀਡੀਓ ਬਾਤ ਸ਼ੇਅਰ ਕਰਦਿਆ ਕਰੋ, ਫਿਰ ਅਗਾਂਹ ਕਿਸੇ ਚੀਜ਼ ਦਾ ਫਾਇਦਾ ਹੋ ਸਕੇ। ਹੁਣ ਆਪਾਂ ਵੀਰ ਨਾਲ ਗੱਲਬਾਤ ਕਰੀਏ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ ਭਾਅ ਜੀ? ਵਧੀਆ ਵੀਰੇ, ਠੀਕ ਠਾਕ। ਬੱਦਲ ਫੇਰ ਆ ਰਿਹਾ ਖਰਾਜ? ਹਾਂਜੀ, ਬੱਦਲ ਰੋਜ਼ ਹੀ ਆ ਰਿਹਾ। ਪਰ ਜਦੋਂ ਮੀਂਹ ਬਹੁਤ ਪੈ ਗਿਆ ਨਾ ਤੁਹਾਡੇ? ਹਾਂਜੀ, ਬਹੁਤ ਬਾਰਿਸ਼ ਹੁੰਦੀ ਆ, ਫਿਰ ਬੱਦਲ ਚੜਾ ਆ ਵਾ, ਮੌਸਮ ਥੋੜਾ ਔਖਾ ਆ ਨਾ, ਕੰਮ ਔਖਾ ਆ ਥੋੜਾ, ਬਹੁਤ ਔਖਾ। ਹਾਂਜੀ ਚਲੋ, ਬਾਕੀ ਜੋ ਪਰਮਾਤਮਾ ਆ ਜੋ ਮਹਾਰਾਜ ਸਿਰ ਉਹਨੇ ਜਾਣਾ ਜੀ, ਉਹਦੇ ਦੇ ਕੁਝ ਨਹੀਂ ਹੋਣਾ। ਤੇ ਵੀ ਜੀ ਅੱਜ ਫਿਰ ਪਸ਼ੂ ਕਿੰਨੇ ਜੀ? ਪਸ਼ੂ ਵੀ 4 ਨੇ, 2 ਮਈਆਂ ਨੇ ਤੇ 2 ਗਾਂ। 2 ਵੇੜਾ ਹੋ ਰਹੀ ਹੋ ਫਿਰ ਸਵੇਰੇ ਵੀ? ਹਾਂ ਵੀ ਗਿਆ ਮੈਂ, ਮੇਰੇ ਦਾ ਪਤਾ ਸੀ। ਚਲੋ ਇਹਨੇ ਪਰ ਦੱਸੋ ਜੀ, ਕਿੰਨੇ ਟਾਈਮ ਹੋਏ ਜੀ? ਅੱਛਾ ਕੱਲ ਸਵੇਰ ਦੀ ਬੋਲੇ ਦੀ ਹਨਾ ਜੀ? ਹਾਂਜੀ ਹਾਂਜੀ, ਬੋਲੇ ਚ ਜਾਈ ਵਿੱਚ। ਤੇ ਕਿੰਨਾ ਕਰ ਜੂ ਵੀਰ ਜੀ ਦੁੱਧ ਜੀ? ਇਹ ਦੁੱਧ ਵੀਰ ਜੀ 14 ਕਿਲੋ ਦੀ ਗਾਰੰਟੀ ਮਿਲੀ ਘਰ, 14 ਕਿਲੋ ਦੀ। ਹੁਣ ਇਸ ਟਾਈਮ ਬੋਲਾ ਕਿੰਨਾ ਜੀ? ਇਸ ਟਾਈਮ ਵੀਰ ਜੀ ਬੋਲਾ ਕੱਲ ਸਵੇਰ ਦੀ ਸੂਈ ਹੈ, 4-4 ਕਿਲੋ ਦੀ ਚਵਾਈ ਹੁੰਦੀ ਹੈ ਜੀ। ਬਾ ਠੀਕ, 8 ਕਿਲੋ ਲਗਭਗ ਹੈਗਾ। ਹਾਂਜੀ ਹਾਂਜੀ, ਤੋਰੋ ਫਿਰ, ਤੋਰੋ ਜੀ। ਆ ਦੇਖੋ ਜੀ, ਵੱਡੀ ਝੋਟੀ ਹੈ ਜੀ, ਤੇ ਬੱਚਾ ਮਗਰ ਜੀ, ਕੱਟੀ ਮਗਰ ਆ ਜੀ, ਵੇਖ ਪੂਰਾ ਫਾਇਦਾ। ਜਵਾਬ ਸਮਾਜ ਇੱਕੋ ਜਿਹਾ ਜੀ, ਇੱਕ ਨੰਬਰ ਹੈ। ਬਸ ਠੀਕ ਹੈ ਜੀ, ਆ ਦੇਖੋ ਜੀ, ਆ ਦੇਖੋ ਬੱਚ ਬੱਚੇ ਦਾ ਕਰ ਦਿਓ ਨਾ, ਲੈ ਚਲੋ, ਆ ਦੇਖੋ ਜੀ। ਬਸ ਠੀਕ ਹੈ ਜੀ, ਬੰਦੋ ਬੰਦੋ ਬੰਦੋ। ਠੀਕ ਆ, ਅਤੇ ਬਾਜੀ ਫਿਰ ਇਹਦੀ ਕੀਮਤ ਹੈ? ਕੀਮਤ ਵੀਰ ਜੀ ਇਹਦੀ ਕਿਹੜਾ ਦੇ ਵੀਰ ਆ ਕੇ ਥੱਲੇ ਬਹਿ ਕੇ ਚੋਊਗਾ ਨਾ? ਹਾਂਜੀ, ਗਾਈਆਂ ਨਾਲੋਂ ਪੋਲੀ ਨਹੀਂ ਆਇਆ, ਬੱਚਾ ਚੋ ਸਕਦਾ। ਅੱਛਾ, ਬਸ ਠੀਕ ਆ। ਵੀ ਕਹਿੰਦਾ ਵੀਰ ਜੀ ਭਾਵੇਂ ਕਿੰਨੇ ਦੀ ਮਰਜ਼ੀ ਵੇਚੀਏ, 85 ਦੀ ਮਾਨਤਨ ਕਰਾਂਗੇ। ਕਿੰਨਾ ਕਰ ਦੋਗੇ ਜੀ? 2085 ਛੱਡ ਦੇ। ਚਲੋ ਠੀਕ, ਛੱਡ ਦੇ ਕੋਈ ਨਹੀਂ। ਬਸ ਠੀਕ ਹੈ ਜੀ, ਇੱਧਰ ਆ ਜਾਓ। ਇਹ ਜੀ, ਇਹ ਵੀਰ ਜੀ ਗੱਬਣਾ, ਇਹ ਗੱਬਣਾ। ਹਾਂਜੀ ਠੀਕ ਹੈ ਜੀ। ਇਹ ਸੂਆ ਜੀ? ਇਹ ਸੂਆ ਵੀਰ ਜੀ ਹਰਕੇ ਸੋਹਣੀ, ਦੂਜਾ ਹੈ ਵੀ। ਅੱਛਾ ਦੂਜਾ ਸੋਹਣੀ ਹੈ। ਹਾਂਜੀ, ਇਹ ਪੱਕ ਕੇ ਥੋੜੀ ਜਾਂਦੇ ਬਣੇਗੀ। ਪੱਕ, ਠੀਕ ਆ। ਹਾਂਜੀ, ਇਹ ਵੀ ਤੋਰੋ ਜੀ। ਤੇ ਵੀਰ ਜੀ ਕਿੰਨਾ ਕਰੋ ਦੁੱਧ ਜੀ ਫਿਰ? ਇਹ ਦੁੱਧ ਵੀਰ ਜੀ ਇਹਦੀ 12 ਕਿਲੋ ਤੁਸੀਂ ਵਧੀਆ ਕੱਢੋਗੇ, 10 ਕਿਲੋ ਦੁੱਧ ਕੱਢਿਆ ਪੈਂਦਾ। ਬਸ ਠੀਕ ਆ, ਦੇਖੋ ਜੀ ਆਹ ਦੂਜਾ ਸੂਆ ਜੀ, ਥੋੜਾ ਕਾਫਰ ਦੀ ਆ, ਥੰਨ ਥੁਨ ਬੜਾ ਸੋਹਣਾ, ਥੋੜੇ ਭਲਾ ਭੁਲਾ ਆਈਆਂ ਨਾ ਜੀ। ਹਾਂਜੀ, ਆਹ ਦੇਖੋ, ਭਾਰ ਭੂਰ ਸ਼ਿਕਾਇਤ ਨਹੀਂ ਭਾਜੀ ਕੋਈ? ਨਾ ਨਾ ਵੀਰ ਜੀ, ਗਰੰਟੀ ਹੋਵੇ ਖਾਣਾ ਆਉਂਦੀ ਸਰਕਾਰ। ਆਜੋ ਆਜੋ ਜੀ, ਆਜੋ ਆਜੋ ਆਜੋ, ਦੇਖ ਲਓ, ਚੈੱਕ ਕਰ ਲਓ। ਬਸ ਠੀਕ ਹੈ ਜੀ, ਲੈ ਚਲੋ, ਆ ਦੇਖੋ ਜੀ, ਦੇਖ ਚੱਡਾ ਚੁੱਡਾ ਵੇਖਾ ਪੂਰਾ ਸਾਫ, ਕਿੱਲੇ ਗੱਡੇ ਪਏ ਜੀ। ਬਸ ਠੀਕ ਹੈ ਜੀ, ਬੰਦ ਬੰਦ ਹੋ ਵੀਰ ਜੀ, ਬੰਦ ਹੋ। ਅਤੇ ਵੀਰ ਜੀ ਫਿਰ ਇਹਦੀ ਕੀਮਤ? ਇਹਦੀ ਕੀਮਤ ਵੀਰ ਜੀ 65,000 ਕੇ ਮਾਨ ਤੱਕ ਕਰ। 2,000 ਛੱਡ ਦਿਓ ਬਸ। ਹਾਂਜੀ, 3 ਛੱਡ ਦਾਂਗੇ। ਬਾ ਫਿਰ ਫਿਰ ਤਾਂ ਬੜੀ ਖੁਸ਼ੀ ਗੱਲ ਹੈ ਜੀ। ਹਾਂਜੀ, 12,000 ਦੇ ਦੋਗੇ? 12,000 ਦੀ ਪੱਕੀ ਦੇ ਦਾਂਗੇ। ਚਲੋ ਠੀਕ ਠੀਕ ਹੈ ਵੀਰ ਜੀ। ਅਤੇ ਇਹ ਗਾਂ ਜੀ? ਇਹ ਵੀ ਪਹਿਲਾ ਸੂਆ ਸੂਈ ਵਾ 6,000 ਆ। ਠੀਕ ਹੈ ਜੀ, ਕਿੰਨੇ ਟਾਈਮ? ਇਹ ਵੀ ਕੱਲ ਸਵੇਰੇ ਸੂਈ ਦੱਸ। ਅੱਛਾ ਕੱਲ ਹੀ ਸੂਈ ਆ। ਹਾਂਜੀ, ਇੰਨੀ ਚੰਗੀ ਠੰਡੀ ਸੂਈ ਆ, ਭਾਵੇਂ ਗੜੀ ਬੱਚਾ ਵੀ ਨਾ ਤੇ ਕਰੀਏ। ਬੱਚਾ ਜੀ? ਮਗਰ ਮਗਰ ਬੱਚਾ ਆ ਗਿਆ, ਚੋਬਰ ਆ ਗਿਆ। ਦੇਖੋ ਹਾਂਜੀ, ਦੇਖੋ ਆ ਦੇਖੋ ਜੀ। ਤੇ ਵੀਰ ਜੀ ਕਿੰਨਾ ਬੋਲਾ ਫਿਰ? ਬੋਲਾ ਵੀਰ ਜੀ 10 ਕਿਲੋ ਜੀ। ਇਹ ਵੀ ਖੋਲੋ ਫਿਰ। ਹਾਂਜੀ ਦੇਖੋ, 10 ਕਿਲੋ ਬੋਲਾ ਪਹਿਲਾ ਸੂਆ ਜੀ, ਤੇ ਨਿੱਕੀ ਜੀ ਵਿਹੜ ਆ, ਵਧੀਆ ਦੋ ਤਿੰਨ ਜੀਆਂ ਨੇ ਟਾਈਮ ਪਾਸ ਕਰੀ ਚਲੂਗੀ। ਲੈ ਚਲੋ, ਆ ਦੇਖੋ ਜੀ, ਆ ਵੇਖੋ ਜੀ, ਦੇਖੋ ਲੇ ਵਾਲੋ, ਦੇਖੋ ਕਿੱਡਾ ਸਾਫ। ਆ ਜਾਓ ਵੀਰ ਜੀ, ਆ ਜਾਓ ਆ ਜਾਓ, ਲੈ ਚਲੋ। ਹਾਂ ਬਿਲਕੁਲ ਜੀ, ਆ ਜਾਓ। ਨਹੀਂ ਨਹੀਂ ਠੀਕ ਹੈ ਜੀ ਭਾਅ ਜੀ, ਬਹੁਤ ਚੰਗੀ, ਬਹੁਤ ਸਾਫ ਸਫਾਈ ਹੈ ਮਸ਼ੀਨ। ਚਲੋ ਲੈ ਚਲੋ। ਤੇ ਵੀਰ ਜੀ ਫਿਰ ਇਹਦੀ ਕੀਮਤ ਆ? ਹਾਂਜੀ, 35,000 ਕਿੰਨੇ ਛੱਡ ਦੋਗੇ? 35,000 ਛੱਡ ਦਾਂਗੇ 2,000। ਬਸ ਠੀਕ ਹੈ, ਆ ਜਾਓ ਬਸ, ਆ ਜਾਓ ਇੱਕ ਵਾਰੀ ਲੇਬਰ ਫਿਰ ਦੇਖ ਲਓ ਜੀ, ਆ ਚੈੱਕ ਕਰ ਲਓ ਦੇਖੋ। ਅਤੇ ਆਹ ਬੱਚਾ ਮਗਰ, ਤਾਜ਼ਾ ਬੱਚਾ ਬਿਲਕੁਲ ਜੀ, ਚੈੱਕ ਕਰ ਲਓ। ਅਤੇ ਇੱਕ ਇੱਧਰ ਆ, ਇਹ ਗੱਬਣਾ ਜੀ, ਕਿੱਥੋਂ ਉੱਕੜ ਗੱਲ ਜੀ? ਬੱਚਾ ਹੀ ਬੱਚੀ ਜੀ? ਠੀਕ ਆ, ਦੁੱਧ ਕਿੰਨਾ ਜੀ? ਅਤੇ ਇਹਦੀ ਫਿਰ ਕੀਮਤ? ਇਹਦੀ ਕੀਮਤ 15,000 ਚ ਮਾਨਤਾ ਕਰਦਾ। ਇਹ ਕਿੰਨੇ ਦੇ ਦੋਗੇ ਜੀ? ਇਹ ਵੀ 2,000 ਛੱਡ ਦਾਂਗੇ। ਚਲੋ ਠੀਕ ਹੈ, ਇਹ ਵੀ ਮਾੜਾ ਖੋਲ, ਦਿਖਾ ਦਿਓ ਤੋਰ ਕੇ ਮਾੜਾ, ਕੋਈ ਨਹੀਂ। ਆ ਦੇਖ ਲਓ, ਥੰਦ ਬੜਾ ਮੋਟਾ ਲੱਗਾ ਥਾਣਾ।
ਬਸ ਠੀਕ ਆ। ਬਸ ਆ ਜਾਓ ਭਾਅ ਜੀ, ਆ ਜਾਓ ਆ ਜਾਓ, ਲੈ ਚਲੋ ਉੱਥੇ। ਬਸ ਠੀਕ ਆ। ਦੇਖੋ ਜੀ ਆਹ ਵੀਰਾਂ ਪਸ਼ੂ ਆ ਜੀ, ਆਹਦੀ ਚੁਆਈ ਕਰਕੇ ਲੈ ਕੇ ਜਾਏ, ਚੈੱਕ ਕਰਕੇ ਲੈ ਕੇ ਜਿਹੜੀ ਗੱਬੜ ਨੂੰ ਪਾਸ ਕਰਕੇ ਲੈ ਕੇ ਜਾਏ, ਪੂਰੀ ਤਸੱਲੀ ਨਾਲ ਕਿ ਤੁਸੀਂ ਪੈਸੇ ਲਾਣੇ ਆ। ਠੀਕ ਹੈ ਕਿ ਸਹੀ ਹੈ ਕਿ ਨਹੀਂ ਵੀਰ ਜੀ? ਹਾਂਜੀ ਠੀਕ ਹੈ ਵੀਰ ਜੀ, ਕੋਈ ਵੀਰ ਆ, ਹਾਂਜੀ ਹਾਂ, ਆਪਣੇ ਆ ਕੇ ਤਸੱਲੀ ਕਰੇ, ਚੁਆਈ ਕਰੇ। ਬਿਲਕੁਲ ਬਿਲਕੁਲ ਵੀਰ ਜੀ, ਜੇ ਕੋਈ ਨਹੀਂ ਕੋਈ ਵੀਰ ਆ ਸਕਦਾ ਭਾਵੇਂ ਵੀਡੀਓ ਕਾਲ ਤੇ ਚੁਆਵੇ। ਬਿਲਕੁਲ ਜੀ, ਤੇ ਕਿਉਂਕਿ ਉਹਨਾਂ ਰਕਮ ਤੇ ਨਹੀਂ, ਹਨਾ? ਸਹੀ ਸਹੀ ਗੱਲ ਹੈ ਜੀ। ਨੰਬਰ ਬੋਲੋ ਜੀ। ਨੰਬਰ ਹੈਗਾ ਵੀਰ ਜੀ 89737। ਹਾਂਜੀ 6738। ਠੀਕ ਹੈ ਵੀਰ, ਹਾਂਜੀ ਸਤਿ ਸ਼੍ਰੀ ਅਕਾਲ।